ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਜੀ, ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਜਿਹੜੀ ਆਪਾਂ ਕੁਝ ਕੁ ਦਿਨ ਪਹਿਲਾਂ ਇੱਕ ਰੀਤ ਸਾਰ ਆਸਣਾ ਤਨ ਤਨ ਹੈ ਮੇਰੀ ਜਿੰਦੜੀਏ, ਉਹਦੀ ਆਪਾਂ ਨੇ ਅਸਥਾਈ ਅਤੇ ਅਸਥਾਈ ਦਾ ਜੋੜ ਗਾ ਕੇ ਪਾਇਆ ਸੀ। ਕਿਉਂਕਿ ਜਿਹੜੀ ਵੀਡੀਓ ਹੈ ਨਾ, ਫਿਰ ਇਹ ਜੇ ਆਪਾਂ ਇਕੱਠੀ ਪਾਉਂਦੇ ਹਾਂ ਤਾਂ ਕਾਫੀ ਲੰਮੀ ਹੋ ਜਾਂਦੀ ਹੈ ਜੀ। ਸੋ ਉਸ ਦਿਨ ਵੀ ਆਪਾਂ ਇਹ ਕਿਹਾ ਸੀ ਵੀ ਜਿਹੜੀ ਇਹਦਾ ਅੰਤਰਾ ਅਤੇ ਅੰਤਰੇ ਦਾ ਜੋੜ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ। ਸੋ ਆਓ ਅੱਜ ਆਪਾਂ ਇਹਦਾ ਅੰਤਰਾ ਅਤੇ ਜਿਹੜਾ ਅੰਤਰੇ ਦਾ ਜੋੜ ਆ ਉਹ ਆਪਾਂ ਇਹਨੂੰ ਕਰਾਂਗੇ ਜੀ। ਅਤੇ ਮੈਂ ਤੁਹਾਡੇ ਤੋਂ ਇੰਨੀ ਕੁ ਉਮੀਦ ਰੱਖਦਾ ਹਾਂ ਵੀ ਤੁਸੀਂ ਉਹ ਅਸਥਾਈ ਜਿਨ੍ਹਾਂ ਨੇ ਵੀ ਦੇਖਿਆ ਕਰ ਲਈ ਹੋਊਗੀ। ਸਾਰ ਆਸਣਾ ਧਨ ਧਨ ਹੈ ਮੇਰੀ ਜਿੰਦੜੀ, ਹੈ ਨਾ। ਅਤੇ ਜੇ ਤੁਸੀਂ ਉਹ ਯੂਟਿਊਬ ਦੇ ਉੱਪਰੋਂ ਕੱਢ ਕੇ ਸੁਣਿਆ ਵੀ ਉਹ ਸ਼ਬਦ ਤੁਹਾਨੂੰ ਪਤਾ ਹੋਊ, ਹੈ ਨਾ, ਵੀ ਅੰਤਰਾ ਉਹਦਾ ਕਿਵੇਂ ਦਾ ਬਣਨਾ, ਹੈ ਨਾ। ਇੱਕ ਵਾਰ ਤੁਹਾਨੂੰ ਮੈਂ ਥੋੜ੍ਹਾ ਜਿਹਾ ਉਹਦੇ ਆਪਾਂ ਦੂਜੇ ਕਾਲੇ 'ਤੇ ਕਰਿਆ ਸੀ, ਅਤੇ ਦੂਜੇ ਕਾਲੇ 'ਤੇ ਆਪਾਂ ਅੱਜ ਇਹਦਾ ਅੰਤਰਾ ਕਰਨਾ। ਅਤੇ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਵੀਡੀਓ ਜਿਹੜੀ, ਹੈ ਨਾ, ਵੀ ਜਿੰਨਾ ਹੋ ਸਕੇ ਛੋਟੀ ਰੱਖੀ ਜਾਵੇ, ਤਾਂ ਕਰਕੇ ਫਿਰ ਤੁਸੀਂ ਦੋ ਭਾਗ ਬਣਾਤੇ, ਹੈ ਨਾ। ਐਂ ਹੁੰਦਾ 20 ਮਿੰਟਾਂ ਦੇ ਵਿੱਚ ਵੀਡੀਓ ਕੰਪਲੀਟ ਹੋ ਜੇ। ਅਤੇ ਅੱਜ ਜੇ ਪਹਿਲਾਂ ਆਪਣਾ 27 ਅੰਤਰਾ ਹੋ ਗਿਆ, ਆਪਾਂ ਕੋਸ਼ਿਸ਼ ਕਰਾਂਗੇ ਫਿਰ ਬੀਬੀ ਵਾਲੀ ਸਕੇਲ 'ਤੇ ਵੀ ਦੇਖ ਲਾਂਗੇ। ਅਤੇ ਨਹੀਂ ਕੋਈ ਗੱਲ ਨਹੀਂ, ਸਾਨੂੰ ਕਮੈਂਟ ਕਰ ਦਿਓ, ਆਪਾਂ ਦੁਬਾਰਾ ਇੱਕ ਦਿਨ ਬੀਬੀ ਵਾਲੀ ਸਕੇਲ 'ਤੇ ਨੂੰ ਫੇਰ ਬਣਾ ਕੇ ਪਾ ਦਾਂਗੇ, ਤਾਂ ਵੀ ਕੋਈ ਗੱਲ ਨਹੀਂ ਜੀ। ਅਤੇ ਉਹ ਵੱਡੀ ਕੰਮ ਹੁੰਦਾ ਜੀ ਨੋਟੇਸ਼ਨ ਬਣਾਉਣਾ। ਇੱਕ ਵਾਰ ਨੋਟੇਸ਼ਨ ਬਣ ਗਈ ਫਿਰ ਤਾਂ, ਹੈ ਨਾ, ਉਦੋਂ ਬਾਅਦ ਤਾਂ ਆਸਾਨ ਹੀ ਹੁੰਦਾ, ਗਾ ਕੀ ਦੱਸਣਾ ਹੁੰਦਾ। ਇਹਦੀ ਨੋਟੇਸ਼ਨ ਮੇਰੇ ਕੋਲ ਬਣ ਚੁੱਕੀ ਹੈ ਸਾਰੀ ਵੀਡੀਓ ਦੀ। ਸੋ ਆਪਾਂ ਉਹਦੇ ਲਾਇਆ ਸੀ ਜਿਵੇਂ ਕਿ ਦੂਜੇ ਕਾਲੇ 'ਤੇ ਸਾਰਸਨਾ ਦੱਸਿਆ ਸੀ ਜੀ ਮੈਂ, ਹੈ ਨਾ। ਹੋ ਸਕਦਾ ਤੁਸੀਂ ਕਰ ਲਿਆ ਹੋਊਗਾ ਇਹ ਵਧੀਆ। ਅਤੇ ਅੱਜ ਇਹਦਾ ਅੰਤਰਾ ਅੰਤਰਾ ਤੁਸੀਂ ਸੁਣਿਆ, ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਜਿਹੜਾ ਵੀ ਸ਼ਬਦ ਅਸੀਂ ਨੋਟੇਸ਼ਨ ਬਣਾ ਕੇ ਪਾਉਣੇ ਹੁੰਦੇ, ਹੈ ਨਾ, ਅਤੇ ਲਗਭਗ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਓਰਿਜਿਨਲ ਦੱਸਿਆ ਜਾਵੇ ਵੀ ਕਿਹੜੇ ਰਾਗੀ ਦਾ ਗਾਇਆ ਹੋਇਆ, ਤਾਂ ਕਿ ਤੁਹਾਨੂੰ ਸੌਖਾ ਹੋ ਜਾਂਦਾ ਹੋ, ਹੈ ਨਾ। ਯੂਟਿਊਬ ਤੋਂ ਕੱਢ ਕੇ ਜਦੋਂ ਤੁਸੀਂ ਉਹਨੂੰ ਸੁਣ ਲਓਗੇ ਰੀਤ ਨੂੰ, ਤਾਂ ਉਹ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ। ਅਤੇ ਕੁਝ ਕੁ ਇਹ ਹੁੰਦਾ ਕਿ ਜਿਹੜੀ ਨੋਟੇਸ਼ਨ ਹੁੰਦੀ ਹੈ ਇਹ ਤੁਹਾਨੂੰ ਆਪਾਂ ਨੂੰ ਹੂਬਹੂ ਇਹ ਨਹੀਂ ਹੁੰਦਾ, ਜੇ ਆਪਾਂ ਬਿਲਕੁਲ ਨੋਟੇਸ਼ਨ ਉਵੇਂ ਗਾਵਾਂਗੇ ਤਾਂ ਥੋੜ੍ਹਾ ਜਿਹਾ ਉਹ, ਜਿਵੇਂ ਆਪਾਂ ਕਹਿੰਦੇ ਵੀ ਬੱਚਿਆਂ ਵਾਂਗੂ, ਹੈ ਨਾ, ਥੋੜ੍ਹਾ ਜਿਹਾ ਉਹਦੇ ਵਿੱਚ ਵੀ ਓਨਾ ਆਪਾਂ ਕਹਿ ਲਈਏ ਵੀ ਓਨਾ ਮਿਠਾਸ ਨਹੀਂ ਉਹਦੇ ਵਿੱਚ ਬਣਦੀ, ਓਨਾ ਰਸ ਨਹੀਂ ਬਣਦਾ ਕਿ ਜੇ ਆਪਾਂ ਬਿਲਕੁਲ ਨੋਟੇਸ਼ਨ ਨੂੰ ਗਾਵਾਂਗੇ। ਅਤੇ ਇਹਦੇ ਵਿੱਚ ਕੀ ਹੁੰਦਾ, ਜਦੋਂ ਸੁਣੀ ਹੋਊ ਸਾਡੀ ਤਾਂ ਥੋੜ੍ਹਾ ਜਿਹਾ ਜਿਹੜੇ ਹੁਣ ਆਪਾਂ ਕਹਿੰਦੇ ਵੀ ਕਣ ਸੁਰ, ਹੈ ਨਾ, ਥੋੜ੍ਹਾ ਜਿਹਾ ਕਿਸੇ ਹੋਰ, ਹੁਣ ਇਹਦੇ ਵਿੱਚ ਓਨਾ ਬਰੀਕੀ 'ਚ ਨਹੀਂ ਲਿਖਿਆ ਜਾਂਦਾ, ਸਿੱਧਾ ਸਿੱਧਾ ਆਪਾਂ ਕਿਹੜਾ ਨੋਟੇਸ਼ਨ ਬਣਾ ਲੈਂਦੇ, ਹੈ ਨਾ ਜੀ। ਅਤੇ ਉਦੋਂ ਬਾਅਦ ਜਦੋਂ ਕੀ ਹੈ ਥੋੜ੍ਹਾ ਰਿਆਜ਼ ਵਧੀਆ, ਥੋੜ੍ਹੀ ਪ੍ਰੈਕਟਿਸ ਇਹਦੀ ਨੋਟੇਸ਼ਨ ਦੀ ਵਧੂ, ਤਾਂ ਆਪ ਨੂੰ ਤੁਹਾਨੂੰ ਥੋੜ੍ਹਾ ਥੋੜ੍ਹਾ ਮਹਿਸੂਸ ਹੁੰਦਾ ਵੀ ਹੁਣ ਤੋਂ ਆਹ ਕੰਨ ਲਾ ਕੇ, ਥੋੜ੍ਹਾ ਜਿਹਾ ਆਹ ਸੁਰ ਦਾ ਕੰਨ ਲਾ ਕੇ, ਜਾਂ ਜਿੱਥੋਂ ਐਂ ਵੀ ਤੁਹਾਨੂੰ ਲੱਗਦਾ ਵੀ ਆਹ ਸੁਰ ਵਰਤ ਕੇ ਹੋਰ ਵਧੀਆ ਬਣਦਾ, ਉਹ ਫਿਰ ਕੀ ਹੈ ਥੋੜ੍ਹੇ ਥੋੜ੍ਹੇ ਜਿਹੜੀਆਂ ਇਨਪੁੱਟ ਨੇ ਆਪ ਕਰ ਲਈ ਦੀਆਂ ਹੁੰਦੀਆਂ ਨੇ, ਹੈ ਨਾ। ਇੰਨਾ ਕੁ ਤੁਸੀਂ ਹੁਣ ਜੇ ਇਸ ਲੈਣ ਦੇ ਵਿੱਚ ਚੱਲੇ ਹੋ, ਥੋੜ੍ਹਾ ਥੋੜ੍ਹਾ ਤੁਹਾਡਾ ਦਿਮਾਗ ਆਪਣੇ ਆਪ ਥੋੜ੍ਹਾ ਥੋੜ੍ਹਾ ਕੰਮ ਕਰਨ ਲੱਗੂ, ਹੈ ਨਾ। ਇਹ ਇੰਪਰੂਵਮੈਂਟ ਤੁਸੀਂ ਆਪ ਕਰਿਆ ਕਰੋ, ਥੋੜ੍ਹੇ ਬਹੁਤੇ ਕੰਨ ਸੁਰ ਨੇ ਜਿਹੜੇ ਆਪ ਲੱਗਣ, ਹੋਰ ਕੋਸ਼ਿਸ਼ ਕਰਿਆ ਕਰੋ ਵਧੀਆ ਤਰੀਕੇ ਨਾਲ ਕਿਵੇਂ ਗਾਈ ਜਾਵੇ, ਹੈ ਨਾ ਜੀ। ਸੋ ਆਓ ਅੱਜ ਆਪੇ ਦਾ ਅੰਤਰਾ ਦੇਖੀਏ ਇੱਕ ਵਾਰ, ਮੈਂ ਤੁਹਾਨੂੰ ਗਾ ਕੇ ਦੱਸਦਾ ਕਿਵੇਂ ਇਹਦੀ ਟਿਊਨ। ਤੇ ਸ਼ਰਵਣ ਪਲੇ ਸੋਭਨੀਕ ਹੈ ਤੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰਾ, ਹਰ ਕੀਰਤਨ ਸੁਣੈ ਹਰ ਤੇਰਾ, ਸਾਰਾ ਸੁਨਾ ਮੇਰੀ
ਰੇ ਸਾ ਨੀ ਸਾ ਰੇ। ਠੀਕ ਹੈ ਜੀ, ਸੋ ਉਹਨਾਂ ਆਪਾਂ ਦੇਖੀਏ ਪਹਿਲੀ ਲੈਣ ਲਈ ਪੂਰੇ ਲਾਵਾਂਗਾ ਆਪਾਂ ਅੱਠ ਤੇ ਅੱਠ ਮਾਤਰਾ ਸਾ ਨੀ ਲਿਖਤਾ ਇਹਦੇ ਨੀ ਤੇ ਸਾ ਦਾ ਕਾਣ ਲਾਉਣਾ ਤੇ ਨੀ ਤੇ ਨਾ ਉਹ ਇਧਰਲੇ ਪਾਸੇ ਕਾਣ ਲੱਗਦਾ ਹੁੰਦਾ ਸਾ ਦਾ ਕਾਣ ਲਾ ਕੇ ਨੀ ਤੇ ਆਉਣਾ ਕਿਵੇਂ ਕੇ ਇਹਦੇ ਕਾਣ ਲੱਗ ਗਏ ਸਾ ਤੇ ਆ ਨੀ ਸਿੰਪਲ ਚਾਰ ਵਾਰ ਚਾਰੇ ਠੀਕ ਹੈ ਜੀ ਇਹਦੇ ਲੱਗ ਜੂ ਅੱਗੇ ਤੀਸਰਾ ਬਣ ਭਲੇ ਹਨਾ ਉਹ ਲੱਗੂ ਫਿਰ ਲਓ ਆਪਾਂ ਨੀ 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 ਆ ਵੀ ਨੀ ਹੈ ਇਹ ਕੱਟ ਕੇ ਪਹਿਲਾਂ ਮਸਾਲ ਲਿਖਤਾ ਸੀ ਇੱਥੇ ਨੀ ਹੈ ਵੀ ਯਾਦ ਰੱਖਿਓ ਨੀ 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 ਸਾ 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 ਇਹਦੇ ਕਿਵੇਂ ਲੱਗ ਜੂ ਉਹੀ ਲੇ ਇਹ ਹੁਣ ਇੰਨਾ ਇਕੱਠਾ ਬਣ ਜੂ ਇੱਥੇ ਤੱਕ ਹੋ ਗਿਆ ਠੀਕ ਹੈ ਜੀ ਸੋਭ ਨੀਕ ਹੈ ਸਾਸਾ ਸਾਸਾ ਸੱਤ ਵਾਰ ਹੋ ਗਏ ਤੱਕ ਇੱਥੋਂ ਸੋਭ ਨੀਕ ਹੈ ਇੱਥੋਂ ਚੱਕਿਆ ਜਾਊਗਾ ਪੰਜਵੀਂ ਤੋਂ ਚਾਰ ਵਾਰਾਂ ਤਿੰਨ ਵਾਰਾਂ ਸੱਤ ਵਾਰ ਇੱਕ ਵਾਰਾਂ ਹੋ ਗਿਆ ਅੱਠ ਵਾਰ ਸਾਸਾ ਸਾਸਾ ਤੋੜ ਕੇ ਲਾਉਣਾ ਤਿੰਨ ਵਾਰ ਨਹੀਂ ਜਿਵੇਂ ਕਿ ਇੱਥੇ ਤੱਕ ਆਓ ਫਿਰ ਸੋਭ ਨੀਕ ਹੈ ਸੋਭ 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 ਨੀ ਸੋਭ ਨੀ ਸੋਭ ਨੀ ਸਾ ਨੀ ਨੀ ਰੇ ਨੀ ਸਾ ਨੀ ਨੀ ਰੇ ਨੀ ਸੋਭ ਨੀ ਸਾ ਨੀ ਨੀ ਰੇ 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 ਨੀ ਸੋਭ ਨੀ ਉਰੇ ਤੱਕ ਹੋ ਗਿਆ ਜੀ ਸੋਭ ਨੀਕ ਤੱਕ ਇਹ ਤਿੰਨ ਲੈਣਾ ਹੋ ਗਈਆਂ ਪੂਰੀਆਂ ਤੇ ਸਭ ਨੀ ਪਲੇ
ਲਾਵਾਂਗੇ। ਹਾਂ ਸੋਪ ਨਿਕਲਾ ਹੋ ਗਿਆ, ਅੱਗੇ ਆ ਗਿਆ ਹੁਣ। ਧਾਪਾ ਨੀਧਾ ਪਾਪਾ ਮਾਮਾ, ਧਾਪਾ ਨੀਧਾ ਪਾਪਾ ਮਾਮਾ, ਮਾਮਾ ਮਾਮਾ। ਉਹਦੇ ਤੱਕ ਨਾਲ ਟਿਊਨ ਜੀ ਬਣ ਜਾਂਦੀ ਹੈ ਨਾ, ਫਿਰ ਉਦਾਂ ਜੇ ਹੁਣ ਇੱਕ ਲੈਣ ਬਾਈ ਕਰੋ ਇੱਥੇ ਕੱਟਿਆ ਜਾਂਦਾ ਜਾ ਕੇ, ਜੇ ਹੁਣ ਇੱਥੇ ਜੇ ਐਂ ਲਾਵਾਂਗੇ ਆਪਾਂ ਕੱਟਿਆ ਜਾਓ, ਜਿਵੇਂ ਧਾਪਾ ਨੀਧਾ ਪਾਪਾ ਮਾਮਾ ਹੈ। ਸੋਭਨੀਕ ਸੋਭ ਸੋਭਨੀਕ ਸੋਭਨੀ ਸੋਭ ਸੋਭਨੀਕ ਹੈ। ਧਾਪਾ ਨੀਧਾ ਪਾਪਾ ਮਾਮਾ ਸੋਭਨੀਕ ਹੈ। ਉਦੋਂ ਬਾਅਦ ਚਾਰ ਵਾਰ ਫਿਰ ਮਾਮਾ ਮਾਲਾ ਉਹਦੇ ਨਾਲ, ਫਿਰ ਕਿਉਂਕਿ ਮੇਰੀ ਜ਼ਿੰਦਗੀ ਤੋਂ ਪਹਿਲਾਂ ਨਾਲ ਇਹਦੇ ਨਾਲ ਹੀ ਬਣਦਾ ਨਾ ਜੁੜਦਾ। ਸੋਭ ਸੋਭਨੀਕ ਹੈ, ਫਿਰ ਮਾਮਾ 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 ਮਾਮਾ। ਧਾਪਾ ਨੀਧਾ ਪਾਪਾ ਮਾਮਾ ਮਾਮਾ ਮਾਮਾ, ਧਾਪਾ ਨੀਧਾ ਪਾਪਾ ਮਾਮਾ 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 ਹੈ। ਸੋਭਨੀਕ ਪਹਿਲਾਂ ਹੋ ਗਿਆ ਸੀ ਨਾ, ਸੋਭਨੀਕ ਹੁਣ ਆਊਗਾ ਮੇਰੀ ਜ਼ਿੰਦੜੀ ਏ। ਨੀ 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 ਨੀ, ਸੱਤ ਵਾਰ ਨੀ 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 ਮੇਰੀ 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 ਸੋਭਨੀਕ ਹੈ ਮੇਰੀ। ਜਿੰਦੜੀਏ ਮਾਮਾ ਪਾਪਾ ਧਾ, ਮਾਮਾ ਪਾਪਾ ਧਾ, ਜਿੰਦੜੀ ਜਿੰਦੜੀ ਮੇਰੀ, ਜਿੰਦੜੀ ਮੇਰੀ ਜਿੰਦੜੀ। ਫਿਰ ਕਾਪੀ ਚੋਂ ਪੇਜ ਵੀ ਨਾ ਪੱਟ ਲੈਣਾ ਹੁੰਦਾ ਨਾ, ਕੀ ਆ ਕਈ ਵਾਰ ਕੀ ਕਾਪੀ ਉਹਨਾਂ ਦਾ ਔਖਾ ਜਿਹਾ ਕਰੀ ਜਾਂਦੀ ਆ, ਉਹ ਉਹਦੇ ਡਿੱਗ ਪੀ ਗਏ ਤਾਂ ਚੜ ਗਈ ਹੁਣ ਇਹਦੇ ਨਾਲ। ਜਿੰਦੜੀ ਤੱਕ ਹੋ ਗਿਆ ਨਾ, ਨੀ ਸੱਤ ਵਾਰ ਲਾ ਕੇ ਕੀ ਬਣਦਾ ਸੀ, ਜਿੰਦੜੀ ਮਾਮਾ ਪਾਪਾ ਦਾ ਮਾਮਾ ਪਾਪਾ ਦਾ ਜਿੰਦੜੀ। ਉਹਦੇ ਬਾਅਦ ਧਾਨੀ ਸਾਨੀ ਦਾ ਪਾ ਪਾਪਾ, ਧਾਨੀ ਧਾਨੀ ਸਾਨੀ ਦਾ ਪਾ ਪਾਪਾ। ਜਿੰਦੜੀ ਤੱਕ ਹੋ ਗਈ ਜਿੰਦੜੀ। ਮੇਰੇ ਖਿਆਲ ਥੋੜਾ ਰਹਿ ਗਿਆ ਲਿਖਣਾ, ਆਪਾਂ ਦੇਖਦੇ ਹਾਂ ਕਿ ਬਣਦਾ। ਜਿੰਦੜੀ ਇਹ ਤਾਂ ਇੱਧਰ ਹੋ ਗਿਆ ਸੀ ਨਾ ਪਿਛਲੇ ਪਾਸੇ, ਠੀਕ ਹੈ। ਉਹਦੇ ਬਾਅਦ ਏ ਤੂੰ ਕਿੱਥੋਂ ਲੱਗਣਾ, ਜਿੰਦੜੀ ਆ ਹੀ ਪਿਆ ਦੇ। ਮਾਮਾ ਮਾਮਾ ਪਾਪਾ ਦਾ ਜਿੰਦੜੀ, ਧਾਨੀ ਸਾਨੀ ਧਾਪਾ ਪਾਪਾ ਜਿੰਦੜੀ
ਬਸ ਇੱਥੇ ਤੱਕ ਹੀ ਲਾਉਣਾ ਇਹ ਗਾਹ ਲੰਮਾ ਨੀ ਖਿੱਚਣਾ ਜੇ ਤਾਂ ਹੁਣ ਜੋੜ ਲਾਉਣਾ ਮੈਂ ਚਿਰ ਫਿਰ ਅਗਲੇ ਸਮ ਤੱਕ ਖਿੱਚੀ ਜਾਣਾ ਜਿਵੇਂ ਕਿ ਨਹੀਂ ਬਸ ਇੱਥੇ ਤੱਕ ਹੀ ਲਾ ਕੇ ਕੱਟ ਕੇ ਤੋਂ ਬਾਅਦ ਆਪਾਂ ਜੋੜ ਚੱਕਾਂਗੇ ਕਿਵੇਂ ਚੱਕਾ ਜੀ ਉਹ ਮੈਂ ਤੁਹਾਨੂੰ ਦੱਸਦਾ ਤਿੰਨ ਵਾਰ ਪਾਪਾ ਪਾਪਾ ਨਾ ਜਿੰਦੜੀ ਅੱਠ ਮਾਤਰੀ ਰੋਣੀ ਨੇ ਬਸਰੀਆਂ ਧਾਨੀ ਸਾਨੀ ਦਾ ਪਾਪਾ ਮੈਂ ਸਿੱਧਵਾ ਜੋੜ ਚੁੱਕਾਂ ਜੋੜ ਆਪਾਂ ਦੇਖ ਰਹੇ ਹਾਂ ਜੇ ਕੁਛ ਨਹੀਂ ਪਤਾ ਲੱਗਦਾ ਨਹੀਂ ਸਮਝ ਆਉਂਦੀ ਕਿਸੇ ਗੱਲ ਦੀ ਤਾਂ ਸਾਨੂੰ ਕਮੈਂਟ ਕਰ ਦਿਆ ਕਰੋ ਤਾਂ ਅਸੀਂ ਉਹ ਚੀਜ਼ 'ਤੇ ਗੌਰ ਕਰਾਂਗੇ ਜੀ ਅਤੇ ਪਹਿਲਾਂ ਵਾਲੀ ਵੀਡੀਓ ਤੁਸੀਂ ਉੱਪਰ ਹੈ ਨਾ ਆਈ ਬਟਨ ਦੇ ਵਿੱਚੋਂ ਵੀ ਜਾ ਕੇ ਦੇਖ ਸਕਦੇ ਹੋ ਜਿਹਨੇ ਨਹੀਂ ਦੇਖੀ ਅਤੇ ਉਹਦਾ ਉਹਦੇ ਲਿੰਕ ਵੀ ਪਾਏ ਹੋਣਗੇ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਅਸਥਾਈ ਪਕਾਇਓ ਪਹਿਲਾਂ ਚੰਗੀ ਤਰ੍ਹਾਂ ਸੁਣੋ ਰੀਤ ਨੂੰ ਵੱਧ ਤੋਂ ਵੱਧ ਕਿਉਂਕਿ ਜਿਹੜਾ ਕੋਈ ਵੀ ਸ਼ਬਦ ਤਿਆਰ ਕਰਨਾ ਉਹਨੂੰ ਚੰਗੀ ਤਰ੍ਹਾਂ ਕਰੋ ਰਾਂਦ ਜੀ ਨਾ ਕੱਢੋ ਤਾਂ ਫਾਹਾ ਜਿਹਾ ਨਾ ਵੱਢੋ ਵੀ ਐਵੇਂ ਥੋੜ੍ਹਾ ਜਿਹਾ ਪਕਾ ਲਿਆ ਥੋੜ੍ਹਾ ਜਿਹਾ ਫਿਰ ਨਾ ਤੁਸੀਂ ਕਿਉਂ ਜਿਹੜਾ ਤਾਂ ਪਕਾਇਆ ਦੇਖੋ 15-20 ਮਿੰਟ ਲਾਓਗੇ ਇਹਨੂੰ ਸ਼ਬਦ ਨੂੰ ਉਹ ਵੀ ਤੁਹਾਡੇ ਬੇਕਾਰ ਨੇ ਜੇ ਤੁਸੀਂ ਕਿਸੇ ਸਟੇਜ 'ਤੇ ਗਾ ਹੀ ਨਹੀਂ ਪਾਏ ਹੈ ਨਾ ਜੇ ਤੁਸੀਂ ਤੁਹਾਨੂੰ ਕਹਿਤਾ ਵੀ ਉਹ ਸ਼ਬਦ ਤੁਸੀਂ ਗਾਉਣਾ ਤੁਹਾਡੇ ਮਨ 'ਚ ਪਰ ਤੁਹਾਡੇ ਮਨ 'ਚ ਆ ਗਿਆ ਨਹੀਂ ਅਸੀਂ ਭੁੱਲ ਜਾਵਾਂਗੇ ਜਾਂ ਗਲਤ ਪਕਾਇਆ ਫਿਰ ਉਹ ਜਿਹੜਾ ਟਾਈਮ ਲਾਇਆ ਉਹ ਵੀ ਬੇਕਾਰ ਉਹਦਾ ਵੀ ਨਹੀਂ ਫਾਇਦਾ ਇਸ ਕਰਕੇ ਜੇ ਮਹੀਨੇ 'ਚ ਇੱਕ ਦੋ ਸ਼ਬਦ ਕਰਨੇ ਤਿੰਨ ਕਰਨਾ ਇੱਕ ਕਰ ਲਓ ਅੱਧਾ ਕਰ ਲਓ ਪਰ ਜਿੰਨਾ ਕੁ ਕਰਦੇ ਹੋ ਹੈ ਨਾ ਉਹ ਤੁਹਾਡਾ ਐਂ ਹੋਏ ਬਸ ਵੀ ਭੈਟ ਆ ਪੂਰਾ ਸ਼ਬਦ ਤੁਸੀਂ ਕਿਤੇ ਵੀ ਗਾ ਸਕਦੇ ਹੋ ਆਪਣੇ ਪੂਰੇ ਕੌਨਫੀਡੈਂਸ ਦੇ ਨਾਲ ਹੈ ਨਾ ਇਸ ਤਰ੍ਹਾਂ ਤਿਆਰੀ ਕਰਿਆ ਕਰੋ ਆਪਦੀ ਸੋ ਆਓ ਆਪਾਂ ਅੱਗੇ ਚੱਲੀਏ ਕਿੱਥੇ ਜੀ ਜੋੜ ਲਓ ਹੁਣ ਆਪਾਂ ਤਾਂ ਹਰ ਕੀਰਤਨ ਸੁਣਿਆ ਹਰ ਤੇਰੇ ਰਾਮ ਉਹ ਹੋ ਗਿਆ ਪੈਟਰਨ ਸਾਰਾ ਸਮਝ ਆ ਗਿਆ ਇੱਥੋਂ ਹੁਣ ਦੇਖੋ ਇੱਥੋਂ ਤਾਂ ਆਪਾਂ ਕਰਿਆ ਆਪਾਂ ਜਿੰਦੜੀ ਗੇਮ ਕਰਿਆ ਇੱਕ ਮਿੰਟ ਜਿਹੜੀ ਗੱਲ ਆ ਜਾਂਦੀ ਫਿਰ ਹੈ ਨਾ ਹਾਂ ਆਪਾਂ ਜਿੰਦੜੀ ਗੇਮ ਕਰਿਆ ਆਪਾਂ ਆਪਣਾ ਐਂ ਕਰਿਆ ਜਿੰਦੜੀ ਮਾਮਾ ਮਾਪਾ ਪਾਧਾ ਮਾਮਾ ਪਾਪਾ ਦਾ ਜਿੰਦੜੀ ਪਰ ਜਦੋਂ ਜਿੰਦੜੀ ਹੁਣ ਤੁਸੀਂ ਪ੍ਰੈਕਟਿਸ ਨਾ ਕਰੋ ਫਿਰ ਜਿੰਦੜੀ ਇਹਦਾ ਕਰਨ ਲੱਗ ਜੂ ਪਾਲਾ ਪਮਾ 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 ਮਾਪਾ ਜਿੰਦੜੀ ਠੀਕ ਹੈ ਐਂ ਕਹਿਣਾ ਤਾਂ ਆਪਾਂ ਹੌਲੀ ਹੌਲੀ ਜਿੰਨੀ ਪ੍ਰੈਕਟਿਸ ਕਰੋਗੇ ਸਾਨੂੰ ਆਪ ਨੂੰ ਪਤਾ ਲੱਗ ਜਾਏ ਗੁਰੂ ਵੀ ਇੱਥੋਂ ਅਸੀਂ ਐਂ ਜੇ ਕਰ ਲਈਏ ਇੱਥੋਂ ਐਂ ਜੇ ਕਰ ਲਈਏ ਹੁਣ ਜਦੋਂ ਡੇਸਨ ਪਕਾਉਣੀ ਆ ਜਿੰਦੜੀ ਫਿਰ ਫਿਰ ਹਰ ਕੀਰਤਨ ਸੁਣੇ ਦੇਖ ਲਈ ਆਪਾਂ ਚਾਰ ਵਾਰ ਪਾਪਾ 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 ਹਰ ਕਿਰ ਹਰ ਕਿਰ ਹਰ ਕਿਰ ਹਰ ਕਿਰ ਅਤਨ ਸੁ ਐਂ ਜੇ ਇੱਥੇ ਤੋੜ ਕੇ ਹੀ ਲੱਗਦਾ ਰਹਾ ਐਂ ਜੋੜ ਜਿਹਾ ਝੋਲ ਜਿਹੀ ਪਕਦੀ ਹਰ ਕਿਰ ਸੁਣੈ ਹਰ ਤੇਰੇ ਰਾਮ ਠੀਕ ਹੈ ਇਹਨੂੰ ਇਹਨੂੰ ਤੋੜ ਕੇ ਜੇ ਪਹਿਲਾਂ ਚਾਰ ਵਾਰ ਪਾਪਾ ਪਾਪਾ ਲਾਇਓ ਪਾਪਾ ਪਾਪਾ ਉੱਤੇ ਹਰ ਕਿਰ
ਕਿਰ ਨਾਲ ਹੀ ਕਹਿ ਦੇਣਾ ਪਾ ਦੇ, ਕਿਰ ਇਕੱਠਾ ਕਹਿ ਦੇਣਾ, ਦੋ ਮਾਤਰਾ ਇੱਕ ਚ, ਇੱਕ ਮਾਤਰਾ ਚ ਦੋ ਸ਼ਬਦ ਹਰ ਅਤ ਪਿੱਛੇ ਤੱਤਾ ਬੋਲਣਾ ਦੇ, ਪਾਦਾ ਦਾ ਕੰਨ ਪਾ ਕੇ ਥੋੜਾ ਪਾ 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 ਹਰ ਕਿਰ ਡਬਲ ਡਬਲ ਆ ਗਈ ਨਾ, ਬਸ ਇਹ ਚ ਇਹਦਾ ਕਰਨ ਲੱਗਦਾ, ਇਹਦਾ ਕਰਨ ਲੱਗਦਾ, ਇਕੱਠਾ ਇਹ ਕਰਕੇ ਕਿਰ ਅਤਨ, ਤਿੰਨ ਮਾਤਰਾ ਬਣ ਗਈ ਨਾ, ਕਿਰ ਅਤਨ ਤਿੰਨ ਮਾਤਰਾ ਨੇ, ਪਾ ਪਦ ਮਾਪਾ, ਪਾ ਪਦ ਮਾਪਾ, ਪਾ ਪਦ ਮਾਪਾ, ਕਿਰ ਅਤਨ ਪਾ ਪਦ ਮਾਪਾ, ਐ ਐ ਅਰਥਾ ਲਾ ਕਰੋ, ਪਾ ਪਦ ਮਾਪਾ, ਪਾ ਪਦ ਮਾਪਾ, ਕਿਰ ਅਤਨ, ਕਿਰ ਅਤਨ, ਪਾ ਪਦ ਮਾਪਾ, ਕਿਰ ਅਤਨ, ਕਿਰ ਅਤਨ, ਐ ਆ ਜੋ ਸੱਟ, ਠੀਕ ਹੈ ਜੀ, ਕਿਰ ਅਤਨ, ਕਿਰ ਅਤਨ, ਅਸੂ ਫੇਰ ਕਸਪੂ, ਕਿਰ ਅਤਨ, ਕਿਰ ਅਤਨ, ਕਿਰ ਅਤਨ, ਕਿਰ ਅਤਨ, ਕਿਰ ਅਤਨ, ਕਿਰ ਅਤਨ, ਅਸੂ, ਕਿਰ ਅਤਨ, ਅਸ ਮਾਲੀ, ਕਿਰ ਅਤਨ, ਅਸੂ, ਪਾਤੇ ਸੂ, ਫਿਰ ਗਾ ਤੇ, ਗਾ ਤੇ ਮਾਂ ਦਾ ਕਣ, ਹਰ ਰੇ ਮਾ ਹਰ ਹਰ ਗਾ 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 ਰੇ, ਹੁਣ ਜੀ ਫਰਕ ਹਰ ਹਰ ਰੇ ਮਾ ਹਰ ਹਰ, ਉਹ ਤੋਂ ਬਾਅਦ ਤੇ ਏ ਗਾ 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 ਸਾ ਰੇ ਰੇ ਸਾਨੀ, ਗਾ 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 ਸਾ ਰੇ ਰੇ ਸਾ ਰੇ ਰੇ ਸਾਨੀ, ਤੇ ਰੇ ਤੇ ਗਾ 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 ਸਾ ਰੇ ਰੇ ਸਾਨੀ ਤੇਰੇ, ਵਧ ਗਿਆ ਤਿੰਨ ਮਾਤਰਾ, ਬਸ ਲੰਮਾ ਨੀ ਖਿੱਚਣਾ ਨੂੰ, ਉਦੋਂ ਤਿੰਨ ਮਾਤਰਾ ਹੀ ਬਸ, ਜੇ ਦੁਬਾਰੇ ਲਾਉਣਾ ਫਿਰ ਲੰਮਾ ਖਿੱਚਾ ਜੋ, ਰਾਮ ਰਾਮ ਹਰ ਹਰ ਤੇਰੇ, ਰਾਮ 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 ਹਰ ਕੀਰਤਨ ਇੱਧਰ ਜੀ, ਸੋ ਤਾਂ ਪਾ ਤੇ ਸੁਣੇ ਸੁਣੇ ਹਰ
ਤੇਰੇ ਰਾਸ ਰਸ। ਇਹ ਐਸਦਾਂ ਨਹੀਂ ਲੱਗਦਾ ਇਹਦੇ ਵਿੱਚ ਦੀ ਗੈਪ ਹੋਊਗਾ, ਕਿਉਂਕਿ ਉਹ ਪੰਜਵੀਂ ਨੂੰ ਚੱਕਿਆ ਜਾਂਦਾ ਸਾਰਾ ਰਸਮ, ਇੰਨੀਆਂ ਮਾਤਰਾ ਦਾ ਗੈਪ ਹੋਈ। ਦੇਖੋ ਉਹ 'ਚ ਬੋਲਣਾ ਨਿਕਲਦਾ, ਸਵਰ ਵਜਾਉਣੇ ਆ। ਰਾਮ ਹੋ ਗਿਆ, ਉਹ ਤੋਂ ਬਾਅਦ ਕੀ ਹੈ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਅੱਠ ਮਾਤਰਾ ਦਾ ਗੈਪ ਹੋਊ, ਕਿਉਂਕਿ ਸਾਰਾ ਰਸਮ ਆਪਾਂ ਪਹਿਲੀ ਵੀਡੀਓ 'ਚ ਤੁਸੀਂ ਦੇਖਿਓ, ਇੱਥੋਂ ਚੱਕਿਆ ਜਾਂਦਾ ਪੰਜਵੀਂ ਤੋਂ। ਵੈਸੇ ਚਾਰ ਮਾਤਰਾ ਦਾ ਪੰਜਵੀਂ ਕਹਿਣ ਦਾ ਭਾਵ ਕਿ ਸਭ ਤੋਂ ਪਹਿਲਾਂ ਚੱਕਿਆ ਜਾਂਦਾ। ਸਾ ਰਸ ਨਾ, ਇੱਥੇ ਵੱਜਣਾ ਨਾ ਤੇ ਅੱਗੇ ਸਾਂਭ ਵੱਜਦਾ। ਸਾ ਰਸ ਨਾ ਤਨ ਤਨ ਹੈ, ਹਾਂ ਸਾ ਤੇ ਸਾਂਭ ਵੱਜਦਾ। ਇਹਨੂੰ ਕੀ ਕਰਨਾ, ਆ ਜਿਵੇਂ ਇਸਨੂੰ ਆਹ ਜਿਹੜਾ ਚੰਨ ਜਿਹਾ ਹੁੰਦਾ ਨਾ, ਸਟਾਰ ਜਿਹਾ ਬਣਿਆ ਹੁੰਦਾ ਕਈ ਵਾਰ, ਜਿਹੜੇ ਤੁਸੀਂ ਬੁੱਕਾਂ 'ਚੋਂ ਕਰਦੇ ਹੋ, ਕਿਤਾਬਾਂ 'ਚੋਂ ਨਰੇਸ਼ਨ, ਇੱਥੇ ਕੀ ਹੁੰਦਾ ਬਸ ਕਿ ਆਪਾਂ ਬਸ ਪੀਸ ਵੀ ਹਾਰਮੋਨੀਅਮ ਵਜਾਉਣਾ ਪੀਸ, ਪਰ ਇੱਥੇ ਬੋਲਣਾ ਨਹੀਂ, ਚੁੱਪ ਰਹਿਣ ਲਈ ਹੁੰਦਾ ਹੈ। ਇਹ ਹੁਣ ਕਿਵੇਂ ਸੈੱਟ ਆਉਂਦੇ ਮੈਂ ਦੇਖੋ। ਹਰ ਇੱਥੇ ਆ ਕੇ ਪੂਰਾ ਹੋ ਜਾਊ, ਉਹਦੀ ਨਾਲ ਸਾਰਾ ਰਸਨਾ ਚੱਕਿਆ ਜਾਓ ਫਿਰ ਬਸ ਅੰਤ ਸਤਾਈ ਦਾ। ਪਾਪਾ ਮਗਾਰੇ ਸਾ ਸਾ ਸਾ, ਇਹ ਲਾਉਣਾ ਹੀ ਲਾਉਣਾ ਇਹ, ਨਹੀਂ ਇੱਥੋਂ ਇੱਥੋਂ ਵੀ ਚੱਕ ਸਕਦੇ ਆਰਾਮ ਕਹਿ ਕੇ ਨਾਲ ਦੀ ਨਾਲ, ਥੋੜ੍ਹਾ ਜਿਹਾ ਵਧੀਆ ਬਣ ਜਾਂਦਾ ਨਾ, ਕਿਉਂਕਿ ਇੱਥੋਂ ਇੱਥੋਂ ਆਰਾਮ ਕਹਿ ਕੇ ਆ ਗਈ ਫਿਰ ਪੰਜਵੀਂ ਮਾਤਰਾ ਸਾ, ਇੱਥੋਂ ਵੀ ਚੱਕਿਆ ਜਾਓ ਨਾਲ ਦੇ ਨਾਲ ਸਾਰਾ ਰਸਨਾ। ਜਿਵੇਂ ਚੱਕਿਆ ਕਹਿਣਾ ਹੈ ਵੀ, ਪਰ ਇਹਦੇ ਵਿੱਚ ਮਾੜਾ ਇੰਨਾ ਕੁ ਪਾ ਦੋ ਬਸ, ਹੁਣ ਗਿਣਨ ਦੇ ਕਰਕੇ ਸਾਨੂੰ ਦੱਸਣਾ ਪੈਂਦਾ, ਜਿਵੇਂ ਕਿ ਪਾਪਾ ਮਗਾ ਰੇ ਸਾ ਸਾ ਸਾ, ਜਦੋਂ ਸਾਨੂੰ ਉਦਾਂ ਪਤਾ ਲੱਗਣ ਲੱਗਿਆ ਫਿਰ 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 ਨੀ ਏਦਾਂ ਕਰਨਾ, ਫਿਰ ਬਸ ਨੋਰਮਲ ਬਸ ਫਿਰ ਫਿਰ ਨਾਲ ਦੀ ਨਾਲ ਐਂ ਚੱਲ ਜਾਇਆ ਕਰੋ ਕੰਮ, ਹਨਾ। ਸੋ ਇਦਾਂ ਬਸ ਉਹੀ ਅੰਤਰ ਆ, ਹਨਾ। ਤੇ ਇਹਨੂੰ ਠੀਕ ਹੈ ਜੀ, ਇਹਨੂੰ ਪਕਾਓ ਚੰਗੀ ਤਰ੍ਹਾਂ। ਤੇ ਬੀਬੀਆਂ ਨੂੰ, ਬੀਬੀਆਂ ਨੂੰ ਪਤਾ, ਬੀਬੀ ਦੇਖੋ ਸਕੇਲ ਹੋ ਗਈ ਆ, ਜਿਹੜਾ ਪੰਤਰਾ ਕਰੇ ਇੱਥੋਂ ਚੱਕਿਆ ਜਾਊ। ਤੇ ਸਭ ਬਦੇ ਸੋਭਨੀ ਸੋਭਨੀ ਮੇਰੀ ਗੜੀਏ, ਪਤਾ ਲੱਗੀ ਨਾ ਜਿਵੇਂ ਹੁਣ ਆਪਾਂ ਕਿੱਥੋਂ ਚੱਕਿਆ ਦੀ ਅੰਤਰਾ, ਉਸਨੂੰ ਮੈਂ ਇੱਕ ਵਾਰ ਦੱਸ ਦਿੰਦਾ, ਨਹੀਂ ਤੁਸੀਂ ਉਹਨੂੰ ਕਮੈਂਟ ਕਰ ਦਿਓ, ਜਿਸ ਨੂੰ ਕਿਸੇ ਨੂੰ ਨਾ ਪਤਾ ਲੱਗਿਆ ਦੁਬਾਰੀ ਵੀਡੀਓ ਬਣਾ ਦੂੰ ਮੈਂ ਇਸੇ ਤੇ। ਹੁਣ ਆਪਾਂ ਇਹਦੇ ਇਹਦਾ ਪਾਸਵਰਡ ਆ ਬਣਦਾ, ਪਾਪਾ ਪਾਪਾ ਤੇ ਸ੍ਰਵਣ ਪਰੇ, ਪਾਪਾ 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 ਪਾਪਾ।
ਜਿਹੜਾ ਉਹੀ ਨੀਂਦ ਦਾ ਕਾਣ ਲਾਉਣਾ, ਉਹ ਜਿਹੜਾ ਸਮਝਾ ਮੈਂ ਸਾਰਾ ਉਹ ਚੁੱਕਿਆ ਨਾ, ਉਹਨੂੰ ਚੱਕ ਕੇ ਆਪਣੇ ਬਸ ਸਕੇਲ ਤੇ ਲਾ ਲਿਓ। ਠੀਕ ਹੈ ਜੀ, ਪਹਿਲੇ ਵਾਲੇ ਦੇ ਬਸ ਉਹੀ ਪਕਾ ਲਉਂਗੇ ਤੁਸੀਂ ਇੱਥੋਂ, ਮੈਨੂੰ ਇੰਨਾ ਕੁ ਤੁਸੀਂ ਕਰ ਲਿਓ ਅਤੇ ਨੋਟੀਸ਼ਨ ਤੁਹਾਨੂੰ ਇੱਕ ਵਾਰ ਦੇ ਦਿੱਤੀ ਜੀ, ਅਤੇ ਤੁਸੀਂ ਇੱਥੋਂ ਇਹ ਲਿੰਕ ਪਾਵਾਂਗੇ ਅਸੀਂ ਬਸ ਹੈ ਨਾ ਫੇਸਬੁੱਕ ਦੇ ਉੱਤੇ ਤੁਸੀਂ ਪ੍ਰਾਪਤ ਕਰ ਲਿਓ। ਸੋ ਜੇ ਕੁਝ ਗਲਤੀਆਂ ਪਹਿਲਾਂ ਦੀ ਤਰ੍ਹਾਂ ਆਮ ਤੁਹਾਨੂੰ ਲੱਗੇ ਜੀ ਹੈ ਨਾ, ਕਿ ਅਸੀਂ ਵਧੀਆ ਨਹੀਂ ਸਿਖਾ ਪਾਏ ਕਿਤੋਂ, ਤੁਹਾਨੂੰ ਲੱਗਦਾ ਵੀ ਜਾਂ ਵੀ ਕਾਹਲੀ ਕੀਤੀ ਹੈ ਜਾਂ ਇੱਥੋਂ ਕਲੀਅਰ ਨਹੀਂ ਦੱਸਿਆ, ਸਾਨੂੰ ਕਮੈਂਟ ਜ਼ਰੂਰ ਕਰ ਦਿਆ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਸੁਧਾਰ ਕੇ। ਅਤੇ ਹੁਣ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਹੁਣ ਕੁਝ ਟਾਈਮ ਵਧੀਆ ਅਸੀਂ ਫਰੀ ਹਾਂ, ਕਿਉਂਕਿ ਪਹਿਲਾਂ ਮੈਨੂੰ ਲੱਗਦਾ 3-4 ਮਹੀਨੇ ਹੋ ਗਏ ਜੀ ਵੀਡੀਓ ਕੋਈ ਅਪਲੋਡ ਨਹੀਂ ਕੀਤੀ, ਹੁਣ ਇਸ ਟਾਈਮ ਪੀਰੀਅਡ ਫਰੀ ਆ ਜੀ, ਕਿਸੇ ਨੇ ਕਿਸੇ ਵੀ ਕੋਈ ਸ਼ਬਦ ਦੀ ਰੀਤ ਦੀ ਨੋਟੇਸ਼ਨ ਬਣਵਾਉਣੀ ਅਸੀਂ ਉਹੀ ਬਣਾ ਕੇ ਪਾ ਦਾਂਗੇ, ਸਾਨੂੰ ਕਮੈਂਟ ਕਰਕੇ ਦੱਸ ਦਿਓ ਜੀ। ਸੋ ਭੁੱਲਾਂ ਚੁੱਕਾਂ ਦੀ ਮਾਫੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।